ਪਰ ਇੱਥੇ ਜਿਹੜਾ ਬਾਹਰ ਲੋਕਾਂ ਦੇ ਚੱਲ ਨਹੀਂ ਰਹੇ। ਬੀਤੇ ਦਿਨੀ ਮੈਂ ਅੱਗੇ ਵੀ ਬੇਨਤੀ ਕੀਤੀ ਆ ਕਿ ਇੰਨਾ ਤਕੜਾ ਹਾਸਾ ਹੋ ਗਿਆ ਕਿ ਮੇਰੇ ਬੇਟੇ ਦੀ 24 ਸਾਲ ਦਾ ਮੇਰਾ ਬੇਟਾ ਸੀ ਉਹਦੀ ਰੋਡ ਐਕਸੀਡੈਂਟ ਜਿਹੜੀ ਆ ਇੱਥੇ ਡੈਥ ਹੋ ਗਈ ਜੇਲ੍ਹ ਦੇ ਕੋਲ, ਪਰ ਛੇਤੀ ਜਿਹੜਾ ਕਿਸੇ ਨੇ ਕੋਈ ਫੋਨ 'ਤੇ ਗੱਲ ਨਹੀਂ ਕਰ ਪਾਏ। ਜਿੰਨੇ ਚਿਰ ਨੂੰ ਸਾਨੂੰ ਜਾ ਕੇ ਦੱਸਿਆ ਕਿਸੇ ਨੇ ਅਸੀਂ ਲੈ ਕੇ ਆਏ, ਆਏ ਆ ਉਹਨੇ ਹਸਪਤਾਲ ਖੜਿਆ ਵਾ ਪਰ ਉਹ ਬਚ ਨਹੀਂ ਸਕਿਆ। ਬੜੀ ਸਾਨੂੰ ਜਿਹੜੀ ਆ ਦੁੱਖ ਵਾਲੀ ਗੱਲ ਆ ਵੀ ਜੇ ਫੋਨ ਜੇ ਚੱਲਦੇ ਹੁੰਦੇ ਚਾਹੇ ਇਹ ਹੋ ਸਕਦਾ ਸੀ ਅਸੀਂ ਪਹਿਲਾਂ ਸਮੇਂ 'ਤੇ ਆ ਜਾਂਦੇ, ਚਾਹੇ ਕੋਈ ਲੈ ਜਾਂਦਾ ਸੀ ਕਹਿ ਦਿੰਦੇ ਵੀ ਲੈ ਜਾਓ ਇਹਨੂੰ ਹਸਪਤਾਲ, ਅਤੇ ਹੋ ਸਕਦਾ ਸੀ ਸਾਡੇ ਬੇਟੇ ਦੀ ਡੈਥ ਜਿਹੜੀ ਆ ਨਾ ਹੁੰਦੀ ਅਤੇ ਇਹ ਘਟਨਾ ਜਿਹੜੀ ਆ ਨਾ ਵਾਪਰਦੀ। ਅਸੀਂ ਬੜਾ ਇਸ ਚੀਜ਼ ਦੇ ਉੱਤੇ ਗਿਲਾ ਕਰਦੇ ਹਾਂ ਜੇਲ੍ਹ ਸੂਬੇ ਡੰਡ ਸਾਹਿਬ 'ਤੇ ਵੀ ਅਸੀਂ 3 ਵਾਰੀ ਜਿਹੜਾ ਵਾ ਪਹਿਲਾਂ ਉਹਨਾਂ ਨੂੰ ਮਿਲ ਚੁੱਕੇ ਹਾਂ ਵੀ ਇਹ ਜਿਹੜੀ ਰੇਂਜ ਹੈ ਇਹਦੀ ਘਟਾਓ, ਰੇਂਜ ਜਿਹੜੀ ਆ ਇਹਨੂੰ ਜਿਹੜਾ ਵਾ ਅੰਦਰ ਅੰਦਰ ਤੁਸੀਂ ਆਪਣੇ ਰੱਖੋ, ਤੁਸੀਂ ਆਪਣੀ ਤੁਹਾਨੂੰ ਜੇਲ੍ਹ ਦੇ ਨਾਲ ਕੈਦੀਆਂ ਨਾਲ ਜਾਂ ਹਵਾ ਲੱਟੀਆਂ ਦੇ ਨਾਲ ਹੈ ਨਾ ਵੀ ਉਹਨਾਂ ਦੇ ਫੋਨ ਨਹੀਂ ਚੱਲਣੇ ਚਾਹੀਦੇ, ਉਹਨਾਂ 'ਤੇ ਫਿਰ ਚੱਲ ਰਿਹਾ ਅਤੇ ਅਸੀਂ ਜਿਹੜੇ ਬਾਹਰ ਆਮ ਪਬਲਿਕ ਆ ਇਹ ਸਾਨੂੰ ਆਣ ਕੇ ਵਿਚਾਰੇ ਦੱਸਦੇ ਦੁੱਖ ਵੀ ਸਾਡੇ ਫੋਨ ਨਹੀਂ ਚੱਲ ਰਹੇ, ਅਸੀਂ ਬਹੁਤ ਸੰਘਰਸ਼ ਦੇ ਵਿੱਚ ਹਾਂ, ਸਾਡੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਉਹ ਨਹੀਂ ਹੋ ਰਹੀ ਔਨਲਾਈਨ ਅੱਜ ਕੱਲ੍ਹ ਪੜ੍ਹਾਈ ਆ। ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਪੈ ਜਾਂਦੀ ਕੋਈ ਡਿਲੀਵਰੀ ਕੇਸ ਜਿਵੇਂ ਆ ਜਾਂਦਾ ਐਂਬੂਲੈਂਸ ਮੰਗਾਉਣੀ ਪੈਂਦੀ ਉਹ ਫੋਨ ਹੀ ਨਹੀਂ ਲੱਗਦਾ ਕਿੱਥੋਂ ਮੰਗਾਉਣ। ਅਤੇ ਦੂਜਾ ਅਸੀਂ ਜਿਹੜਾ ਵਾ ਇਹਨੂੰ ਜੇਲ੍ਹ ਸੁਪਰਡੈਂਟ ਸਾਹਿਬ ਨੂੰ ਜਿਹੜਾ ਵਾ ਅਸੀਂ ਜਿਹਨੂੰ ਇੰਨੀ ਵਾਰ ਮਿਲ ਕੇ ਅਪੀਲ ਕਰ ਰਹੇ ਹਾਂ, ਅਸੀਂ ਇਹਨਾਂ ਨੂੰ ਵੀ ਦੋਸ਼ੀ ਸਮਝਦੇ ਹਾਂ ਕਿ ਇਹ ਚੀਜ਼ਾਂ 'ਤੇ ਜਿਹੜਾ ਜਿਨ੍ਹਾਂ ਨੇ ਗੌਰ ਨਹੀਂ ਕੀਤੀ ਜਾਂ ਸਾਡੀ ਗੱਲ ਜਿਹੜੀ ਆ ਉੱਪਰ ਤੱਕ ਪਹੁੰਚਾਈ ਨਹੀਂ ਆ। ਅਸੀਂ ਅਗਲਾ ਸਟੈਪ ਸਾਡਾ ਵਾ ਜੀ ਅੱਗੇ ਅਸੀਂ ਜਿਹੜਾ ਵਾ ਭੰਡਾਰੀ ਪੁੱਲ ਰੋਕਾਂਗੇ ਅਤੇ ਧਰਨਾ ਸਾਡਾ ਜਿਹੜਾ ਜਾਰੀ ਰਹੂਗਾ। ਜਿੰਨਾ ਚਿਰ ਸਾਡਾ ਮਸਲਾ ਹੱਲ ਨਾ ਆਇਆ ਸਾਨੂੰ ਭੰਡਾਰੀ ਪੁੱਲ ਰੋਕਣਾ ਪਿਆ, ਹੋਰ ਸੰਘਰਸ਼ ਤਿੱਖਾ ਕਰਾਂਗੇ ਅਤੇ ਅਸੀਂ ਭੰਡਾਰੀ ਪੁੱਲ ਵੀ ਰੋਕਾਂਗੇ। ਧੰਨਵਾਦ। ਨਾਲ ਜਿਹੜੀਆਂ ਇਹਨਾਂ ਦੀਆਂ ਮੰਗਾਂ ਹੈਗੀਆਂ, ਮੰਗ ਪੱਤਰ ਮੈਂ ਰਿਸੀਵ ਕਰ ਲਿਆ ਵਾ, ਇਹਦੇ ਸੰਬੰਧੀ ਕਾਰਵਾਈ ਅੱਜ ਸ਼ੁਰੂ ਕਰਾ ਦਾਂਗੇ। ਬਾਕੀ ਇਹਨਾਂ ਨੂੰ ਇਹਨਾਂ ਦੀ ਜਿਹੜੀ ਮੀਟਿੰਗ ਹੈਗੀ ਹੈ ਡੀਸੀ ਸਾਹਿਬ ਨਾਲ ਡੀਸੀ ਆਫਿਸ 'ਚ ਵੀ 2-3 ਦਿਨਾਂ ਦੇ ਵਿੱਚ ਕਰਾ ਦਿੱਤੀ ਜਾਏਗੀ, ਤਾਂ ਉਮੀਦ ਹੈਗੀ ਹੈ ਕਿ ਇਹਨਾਂ ਦਾ ਜਿਹੜਾ ਹੱਲ ਹੈ ਕਿ ਸਰਕਾਰੀ ਪੱਧਰ 'ਤੇ ਹੋਣਾ ਵਾ ਅਤੇ ਜੋ ਟਾਈਮ ਚਾਹੀਦਾ ਵਾ ਅਤੇ ਉਹ ਇਹਨਾਂ ਕੋਲ ਲੈ ਕੇ ਉਨੇ ਟਾਈਮ 'ਚ ਕੋਸ਼ਿਸ਼ ਕੀਤੀ ਜਾਏਗੀ ਕਿ ਇਹਨਾਂ ਦਾ ਮਸਲਾ ਪੱਕੇ ਤੌਰ 'ਤੇ ਹੱਲ ਕਰਾ ਦਿੱਤਾ ਜਾਵੇ। ਡਿਮਾਂਡ ਇਹਨਾਂ ਦੀ ਆਈ ਕਿ ਇਹਨਾਂ ਦੇ ਫੋਨ ਜਿਹੜੇ ਆ ਓਪਰੇਟ ਹੋਣ, ਅਤੇ ਉਹਦੇ ਲਈ ਆਈ ਹੈ ਕਿ ਜੋ ਸਿਗਨਲ ਦੀ ਸੈਟਿੰਗ ਕਰਾਉਣੀ ਆ ਅੰਦਰੋਂ ਉਹ ਟੈਕਨੀਕਲ ਟੀਮ ਨਾਲ ਕੋਆਰਡੀਨੇਟ ਕਰਾ ਕੇ ਕਰਾ ਦਿੱਤੀ ਜਾਏਗੀ।